ਤਾਂ ਦੱਸ ਦਈਏ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਇੱਕ ਨੌਜਵਾਨ ਵੱਲੋਂ ਸੂਚਨਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਸ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ। ਤਾਂ ਦੱਸ ਦਈਏ ਕਿ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਿੱਥੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਤਾਂ ਦੱਸ ਦਈਏ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਦੁਆਰਾ ਨਸ਼ਾ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਹ ਨਸ਼ਾ ਤਸਕਰ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਨੌਜਵਾਨ ਦੇ ਦੋਨੋਂ ਹੱਥ ਪੈਰ ਅਤੇ ਢਿੱਡ ਦੇ ਵਿੱਚ ਇਹਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਇਸ ਨੌਜਵਾਨ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਇਹਨਾਂ ਨਸ਼ਾ ਤਸਕਰਾਂ ਨੇ ਕੀ ਹਾਲ ਕੀਤਾ ਇਸ ਨੌਜਵਾਨ ਦਾ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਵੇਖ ਸਕਦੇ ਹੋ ਕਿ ਬਾਈਕ 'ਤੇ ਸਵਾਰ ਹੋ ਕੇ ਨੌਜਵਾਨ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਅਤੇ ਇਸ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਜਾਂਦੇ ਆ, ਖੂਨੋ ਖੂਨ ਹੋ ਜਾਂਦਾ ਇਹ ਨੌਜਵਾਨ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਫਿਰ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਇਹਨਾਂ ਨਸ਼ਾ ਤਸਕਰਾਂ ਦੀ ਭਾਲ ਕਰ ਰਹੀ ਹੈ ਅਤੇ ਇਹਨਾਂ ਦੇ ਵੱਲੋਂ ਹਮਲਾ ਵੀ ਕੀਤਾ ਗਿਆ, ਤਾਂ CCTV ਤਸਵੀਰਾਂ ਦੇ ਰਾਹੀਂ ਇਹਨਾਂ ਦੀ ਪਹਿਚਾਣ ਕਰ ਰਹੀ ਹੈ ਅਤੇ ਜਗ੍ਹਾ ਜਗ੍ਹਾ 'ਤੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਂਜੀ ਸਰ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਕਮਲ ਹੈ। ਹਾਂਜੀ ਸਰ, ਕੀ ਗੱਲ ਕੀ ਹੋਈ ਸੀ ਜਿਹੜਾ ਤੁਹਾਡੇ ਉੱਤੇ ਜਿਹੜਾ ਕੀ ਹਮਲਾ ਹੋਇਆ ਵਾ? ਸਰ 3 ਤਰੀਕ ਨੂੰ ਨਾ ਰਾਤ ਨੂੰ 8:05 'ਤੇ ਇਹ ਕੁਛ ਬੰਦੇ ਮੈਨੂੰ ਨਾ ਮੇਰਾ ਪੁੱਛ ਕੇ ਗਏ ਦੁਕਾਨ 'ਤੇ ਆ ਕੇ ਬਾਹਰ ਖੋਕਿਆਂ 'ਤੇ। ਇਹਨਾਂ ਕੋਲ ਨਾ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਕਿ ਤੁਹਾਨੂੰ ਬੰਦੇ ਲੱਭਦੇ ਆ, ਉਹਨਾਂ ਕੋਲ ਰਿਵਾਲਵਰ ਵੀ ਆ, ਬੰਦੇ ਬਹੁਤ ਗੁੱਸੇ 'ਚ ਆ, ਤੁਹਾਨੂੰ ਲੱਭਣਦੇ ਆ ਅਤੇ ਜੇ ਤੁਸੀਂ ਇੱਥੇ ਮੂਹਰੇ ਭਰੇ ਹੋ ਜਾਓ। ਸਰ ਮੈਨੂੰ ਬੰਦੇ, ਮੈਂ SHO ਸਾਹਿਬ ਨੂੰ ਫੋਨ ਲਾਇਆ ਸਿਟੀ ਵਾਲਿਆਂ ਨੂੰ ਕਿ ਸਰ ਇੱਦਾਂ ਇੱਦਾਂ ਨਾ ਕੋਈ ਅਣਪਛਾਤੇ ਬੰਦੇ ਮੈਨੂੰ ਲੱਭ ਰਹੇ, ਮੇਰਾ ਪੁੱਛ ਰਹੇ ਆ, ਅਤੇ ਨਾ ਤੁਸੀਂ ਆ ਕੇ ਨਾ ਕੈਮਰੇ ਚੈੱਕ ਕਰੋ ਅਤੇ ਬੰਦੇ ਫੜੋ ਕੌਣ ਆ। ਉਹ ਕਹਿੰਦੇ ਕਿ ਕੋਈ ਨਾ ਮੈਂ ਆਉਂਦਾ। ਉਸ ਤੋਂ ਬਾਅਦ ਸਰ ਕੋਈ ਨਹੀਂ ਆਇਆ। ਸਵੇਰੇ ਮੈਂ ਨਾ ਕੈਮਰੇ ਚੈੱਕ ਕਰਾ ਰਿਹਾ ਸੀ, ਆ ਮੈਂ ਕੈਮਰੇ ਚੈੱਕ ਕਰਾ ਕੇ ਸਟੇਸ਼ਨ ਵੱਲ ਨੂੰ ਗਿਆ, ਉੱਤੋਂ ਨਾ ਦੋ ਬੰਦੇ ਅੱਗੋਂ ਮੋਟਰਸਾਈਕਲ ਲੈ ਕੇ ਆ ਗਏ ਅਤੇ ਉਸ ਤੋਂ ਬਾਅਦ ਪਿੱਛੇ ਮੇਰੇ ਰਿੰਕੂ ਭੰਡਾਰੀ ਅਤੇ ਕਾਕਾ ਸ਼ਿਵ ਸੈਨਾ ਵਾਲਾ, ਉਹਨਾਂ ਨੇ ਆ ਕੇ ਮੈਨੂੰ ਘੇਰ ਲਿਆ। ਦਾਤਰ ਇਹਨਾਂ ਦੇ ਕੋਲ ਸੀਗਾ, ਇਹ ਮੈਨੂੰ ਘੇਰ ਕੇ 4 ਚੌਂਕ ਵੱਲ ਲੈ ਗਏ। ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਮੈਂ ਉੱਥੇ ਬੰਦੇ ਸੱਦੇ ਹੋਏ ਸੀਗੇ, ਜਿੰਦਰ ਧਨੀਆ ਅਤੇ ਉਹਦੇ ਜਾਰੇ ਸੂਰਜ ਅਤੇ ਬੂਆ ਅਤੇ ਸਾਗਰ ਮੁੰਡਾ ਅਤੇ 2-3 ਅਣਪਛਾਤੇ ਸੀਗੇ। ਇਹ 5-7 ਜਣਿਆਂ ਨੇ ਨਾ ਉੱਥੇ ਆ ਗਏ ਮਿੰਟੋ ਮਿੰਟੀ, ਦਾਤਰ ਲੈ ਕੇ ਅਤੇ ਜਿੰਦਰ ਧਨੀਆ ਨੇ ਨਾ ਉੱਥੇ ਪਿਸਤੌਲ ਕੱਢ ਲਿਆ ਅਤੇ ਪਿਸਤੌਲ ਕੱਢ ਲਿਆ, ਇਹ ਗੋਲੀ ਮਾਰਨ ਲੱਗਾ ਅਤੇ ਮੈਂ ਭਾਈ ਜੀ ਨੂੰ ਸੱਦਿਆ ਹੋਇਆ ਸੀ ਅਤੇ ਦਾਰੇ ਭਾਈ ਨੂੰ, ਉਹਨਾਂ ਨੇ ਹੱਥ ਮਾਰਤਾ, ਪਿਸਤੌਲ ਫੜ ਲਿਆ, ਇਹਦਾ ਕੋਈ ਗੁੱਟ ਫੜ ਲਿਆ ਇਹਨੇ ਕੀਤਾ, ਇਹਦੇ ਹੱਥ ਨਾਲ ਸਾਗਰ ਮਰਾਸੀ ਨੇ ਛੁਰਾ ਫੜਾ ਤਾ, ਇਹਨੇ ਛੁਰਾ ਮੇਰੇ ਮਾਰ ਦਿੱਤਾ, ਛੁਰਾ ਮਾਰ ਦਿੱਤਾ ਅਤੇ ਮੈਨੂੰ ਨਾ ਇਹ ਗੱਡੀ 'ਚ ਪਾ ਕੇ ਲੈ ਚੱਲੇ ਅਤੇ ਇਹਨਾਂ ਨੇ ਨਾ ਗੱਡੀ ਦੀਆਂ ਬਾਰੀਆਂ ਖਿੱਚਣੀਆਂ ਸ਼ੁਰੂ ਕਰਤੀਆਂ। ਗੱਡੀ ਦੀ ਬਾਰੀ ਇੱਕ ਸਾਈਡ ਦੀ ਖੁੱਲ੍ਹ ਗਈ ਅਤੇ ਇਹਨੇ ਨਾ ਅੰਦਰ ਪਿਸਤੌਲ ਕੀਤਾ ਅਤੇ ਮੈਂ ਦੂਜੀ ਬਾਰੀ ਖੋਲ੍ਹ ਕੇ ਭੱਜ ਗਿਆ। ਜਦੋਂ ਮੈਂ ਭੱਜ ਗਿਆ ਅਤੇ ਇਹਨਾਂ ਨੇ ਮੇਰੇ ਮਗਰ ਆ ਕੇ ਮੈਨੂੰ ਦਾਤਰਾਂ ਨਾਲ ਵੱਢਿਆ। ਉਸ ਤੋਂ ਬਾਅਦ ਕਹਿੰਦੇ ਤੈਨੂੰ ਤਾਂ ਮਾਰ ਦਿੱਤਾ ਵਾ, ਹੁਣ ਅਸੀਂ ਦਾਰੇ ਨੂੰ ਵੀ ਮਾਰਨਾ ਵਾ ਅਤੇ ਜਿਹੜਾ ਤੇਰੇ ਪਿੱਛੇ ਆਇਆ ਉਹਨੂੰ ਵੀ ਅਸੀਂ ਮਾਰ ਦੇਣਾ ਵਾ। ਕੀ ਕਾਰਨ ਕੀ ਹੈ ਲੜਾਈ ਦਾ? ਸਰ ਕਾਰਨ ਇਹ ਆ ਜੀ, ਇਹ ਕਹਿੰਦੇ ਆ ਜੀ ਤੂੰ ਸਾਡੀ ਨਾ ਕੋਈ ਡਰੱਗਸ ਦੀ ਇਨਫੋਰਮੇਸ਼ਨ ਦਿੱਤੀ ਹੈ SHO ਨੂੰ, ਅਸੀਂ SHO ਦੇ ਕੋਲ ਸੀ, ਤੂੰ ਸਾਡੀ ਚਿੱਟੇ ਦੀ ਇਨਫੋਰਮੇਸ਼ਨ ਦੇ ਰਿਹਾ ਸੀਗਾ
ਇਹਨਾਂ ਨੇ ਇਹ ਕਿਹਾ ਕਿ ਸਾਨੂੰ ਆ ਕੇ ਦੱਸਿਆ ਇਹਨਾਂ ਨੇ ਜਿਹੜਾ ਤੁਹਾਨੂੰ ਦਾਰੇ ਨੂੰ ਮਾਰਨ ਦੀ ਧਮਕੀ ਦਿੱਤੀ ਹੈ, ਦਾਰੇ ਨਾਲ ਕੀ ਰੰਜਿਸ਼ ਆ, ਦਾਰੇ ਦਾ ਗੱਲ ਹੀ ਕਿਹਾ ਇਹਨਾਂ ਨੇ ਤੁਹਾਨੂੰ? ਸਰ ਇਹ ਪਤਾ ਨਹੀਂ ਕਾਹਤੋਂ, ਇਹ ਬਹੁਤ ਪਹਿਲਾਂ ਵੀ ਇਹਨਾਂ ਨੇ ਉਹਦੇ ਉਹਨੂੰ ਮਾਰਨ ਮੁਰਨ ਦੇ ਪੈਸੇ ਪੂਸੇ ਭਰੇ ਸੀਗੇ, ਪਰ ਉਦੋਂ ਪਤਾ ਨਹੀਂ ਕੀ ਇਹਨਾਂ ਨੇ ਬਹਿ ਕੇ ਉਹਨਾਂ ਦਾ ਹੋ ਗਿਆ ਸੀਗਾ ਕਿ ਅੱਜ ਤੋਂ ਬਾਅਦ ਇੱਦਾਂ ਦੀ ਕੋਈ ਗਲਤੀ ਨਹੀਂ ਕਰਾਂਗੇ, ਜਿੰਦਰ ਧਨੀਆ ਸੀਗਾ। ਅਤੇ ਇਹਨਾਂ ਦੀ ਸਪੋਰਟ ਮਗਰ ਕੌਣ ਕਰ ਰਿਹਾ, ਕੌਣ ਹੋ ਸਕਦਾ ਇਹਨਾਂ ਦੇ ਸਪੋਰਟ? ਸਰ ਕੋਈ ਕਾਂਗਰਸੀ ਐਮ ਸੀ ਆ ਜੋ ਕਿ ਸ਼ਰਾਬ ਦਾ ਵੱਡਾ ਹੀ ਕਾਰੋਬਾਰ ਕਰ ਰਹੇ ਆ ਇਹਨਾਂ ਕੋਲ, ਸਰ ਉਹ ਇਹਨਾਂ ਦੀ ਪੂਰੀ ਖੁੱਲ੍ਹ ਕੇ ਸਪੋਰਟ ਕਰਦਾ ਵਾ, ਉਹਨਾਂ ਦਾ ਕੰਮ ਕਰਦੇ ਆ, ਇਹਨਾਂ ਕੋਲ ਨਜਾਇਜ਼ ਅਸਲੇ ਪਤਾ ਨਹੀਂ ਕਿੰਨੇ ਕੁ ਆ। ਨਾਮ ਕੀ ਆ ਉਸ ਕਾਂਗਰਸ ਐਮ ਸੀ ਦਾ? ਸਰ ਸੁਣਨ 'ਚ ਇਹੀ ਆਇਆ ਕਿ ਉਹ ਪ੍ਰਿੰਸ ਨਾਂ ਦਾ ਐਮ ਸੀ ਆ ਜੀ ਕਾਂਗਰਸ ਦਾ। ਤਾਂ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ ਹੋ? ਮੰਗ ਇਹ ਕਰਦੇ ਹਾਂ, ਮੈਨੂੰ ਦੇਖੋ ਉਹਨਾਂ ਨੇ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ, ਇੱਕ ਹਿਸਾਬ ਦਾ ਜਾਨੋਂ ਮਾਰ ਹੀ ਗਏ ਸੀਗੇ। ਉਹ ਕਹਿੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦਾ ਇਹਨੂੰ ਮਾਰ ਦਿਓ, ਇਹ ਗੱਲ ਹੋਈ ਤਾਂ ਇਹਨਾਂ ਨੇ ਮੈਨੂੰ ਪੂਰਾ ਹੀ ਵੱਢ ਦਿੱਤਾ, ਮੇਰੇ ਦੋ ਓਪਰੇਸ਼ਨ ਹੋਏ ਹੱਥਾਂ ਦੇ, ਦੋ ਓਪਰੇਸ਼ਨ ਹੋਏ। ਹੁਣ ਪੁਲਿਸ ਨੇ ਦੋਸ਼ੀਆਂ ਖਿਲਾਫ਼ 23-24 ਦਾ ਮਾਮਲਾ ਦਰਜ ਕੀਤਾ ਵਾ। ਹੁਣ ਪੁਲਿਸ ਨੇ ਸਰ ਉਦਣ ਦੋ ਬੰਦੇ ਫੜੇ ਸੀਗੇ, ਦੋ ਬੰਦੇ ਫੜੇ ਉਹਨਾਂ ਦੇ ਖਿਲਾਫ਼ 23-24 ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਬੇਲ 'ਤੇ ਛੱਡ ਦਿੱਤਾ ਸਰ। ਤਾਂ ਤੁਹਾਨੂੰ ਲੱਗਦਾ ਕਿ ਨਹੀਂ ਸਰ, ਤੁਹਾਨੂੰ ਲੱਗਦਾ ਕਿ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਤੁਹਾਨੂੰ ਇਨਸਾਫ਼ ਮਿਲਿਆ ਵਾ? ਸਰ ਨਹੀਂ, ਮੈਨੂੰ ਇਨਸਾਫ਼ ਨਹੀਂ ਮਿਲਿਆ ਅਜੇ। ਜੋ ਦੇਖੋ ਤੁਸੀਂ ਸਾਡੇ ਸਾਹਮਣੇ ਹਾਲਾਤ ਮੇਰੇ ਕੀ ਆ, ਪੂਰੇ ਮੇਰੇ ਹੱਥ ਵੱਢੇ ਗਏ, ਦੋਨੇ ਬੱਕੀ 'ਚ ਮੇਰੀ ਛੁਰਾ ਮਾਰਿਆ ਗਿਆ, ਘੱਟੋ ਘੱਟ 1.5 ਇੰਚੀ ਦਾ ਡੂੰਘ ਪਿਆ, ਲੱਤ ਮੇਰੀ ਵੱਢੀ ਗਈ ਆ, ਅਜੇ ਡਾਕਟਰ ਕਹਿੰਦੇ ਅਜੇ ਤੂੰ ਸਹੀ ਨਹੀਂ ਹੈਗਾ। ਪੰਜਾਬ ਦੇ DGP ਅਤੇ ਪੰਜਾਬ ਦੇ ਮੁੱਖ ਮੰਤਰੀ ਕੋਲ ਤੁਸੀਂ ਕੀ ਮੰਗ ਕਰਦੇ? ਸਰ DGP ਸਾਹਿਬ ਕੋਲ ਇਹੀ ਮੰਗ ਕਰਦੇ ਭਗਵੰਤ ਮਾਨ ਜੀ ਕੋਲ ਕਿ ਗੁੰਡੇ ਅਨਸਰਾਂ 'ਤੇ ਨੱਥ ਪਾਈ ਜਾਵੇ, ਜਲਦੀ ਤੋਂ ਜਲਦੀ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸਰ ਇੱਕ ਹੋਰ ਗੱਲ, ਇਹਨਾਂ 'ਤੇ ਪਹਿਲਾਂ ਵੀ ਚਿੱਟੇ ਦੇ ਕਿਲੋ ਕਿਲੋ ਦੇ ਮੁਕੱਦਮੇ ਦਰਜ ਵਾ, 10-10 ਸਾਲ ਸਜ਼ਾ ਹੋਈ ਹੋਈ ਇਹਨਾਂ ਨੂੰ, 307 ਦੇ ਪਤਾ ਨਹੀਂ ਕਿੰਨੇ ਮੁਕੱਦਮੇ ਦਰਜ ਆ।